ਸ਼੍ਰੀਕਾਲ ਵੈਲਕਮ ਬੈਕ ਟੂ ਆਰ ਚੈਨਲ ਪੰਜਾਬੀ ਰਿਐਕਸ਼ਨ ਅੱਜ ਜਿਹੜੇ ਸੌਂਗ ਤੇ ਅਸੀਂ ਲੈ ਕੇ ਆਏ ਆ ਰਿਐਕਸ਼ਨ ਉਹ ਰਣਜੀਤ ਬਾਵਾ ਜੀ ਦਾ ਸੌਂਗ ਹੈ ਤੇ ਕੁਰਬਾਨੀ ਸੌਂਗ ਦਾ ਨਾਮ ਹੈ ਇਹ ਵੀ ਸੇਮ ਮਤਲਬ ਕੁਰਬਾਨੀ ਜਿਵੇਂ ਅੱਜ ਕੱਲ ਦਿਨ ਚੱਲਦੇ ਪਏ ਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਸਾਡੇ ਸਿੱਖ ਧਰਮ ਦੇ ਵਿੱਚ ਇਹ ਦਿਨ ਸਾਡੇ ਲਈ ਬੜੇ ਖਾਸ ਹੁੰਦੇ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੁਰਬਾਨੀਆਂ ਭਰੇ ਦਿਨ ਤੇ ਬਹੁਤ ਕੁਝ ਇਹਨਾਂ ਕੁਝ ਦਿਨਾਂ ਦੇ ਵਿੱਚ ਜਿਹੜਾ ਆ ਉਹ ਵਾਪਰਿਆ ਸੀਗਾ ਬਹੁਤ ਕੁਝ ਮਾੜਾ ਜਿਹੜਾ ਵਾਪਰਿਆ ਸੀਗਾ ਸਾਡੇ ਸਿੱਖ ਧਰਮ ਦੇ ਨਾਲ ਤੇ ਬਹੁਤ ਜ਼ਿਆਦਾ ਕੁਰਬਾਨੀ ਇਹਨਾਂ ਦਿਨਾਂ ਦੇ ਵਿੱਚ ਆਪਾਂ ਸਿੱਖ ਧਰਮ ਨਾ ਕਹੀਏ ਤੇ ਇਨਸਾਨੀਅਤ ਜੇ ਕਹੀਏ ਤੇ ਉਹ ਜ਼ਿਆਦਾ ਬੈਟਰ ਰਹੂਗਾ ਕਿ ਪੂਰੀ ਇਨਸਾਨੀਅਤ ਜਿਹੜੀ ਆ ਉਸ ਟਾਈਮ ਤੇ ਸ਼ਰਮਸਾਰ ਹੋਈ ਸੀ ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਦਿਨ ਜਿਹੜੇ ਇਨਸਾਨੀਅਤ ਦੇ ਨਾਂ ਤੇ ਉੱਪਰ ਧੱਬਾ ਸੀਗੇ ਕਿਉਂਕਿ ਬਹੁਤ ਜ਼ਿਆਦਾ ਜ਼ੁਰਮ ਇਹਨਾਂ ਦਿਨਾਂ ਦੇ ਵਿੱਚ ਹੋਇਆ ਸੀਗਾ ਇਨਸਾਨੀਅਤ ਦੇ ਨਾਤੇ ਹਨਾ ਬੱਚਿਆਂ ਨੂੰ ਅਸੀਂ ਬਖਸ਼ਿਆ ਗਿਆ ਉਹ ਟਾਈਮ ਜਿਹੜਾ ਸੀਗਾ ਬਜ਼ੁਰਗਾਂ ਬੱਚਿਆਂ ਨੂੰ ਇੱਕ ਅਸੀਂ ਕਹਿ ਲਈਏ ਤੇ ਸਿੱਖ ਧਰਮ ਦੇ ਨਾਲ ਜਿਹੜੇ ਰਿਲੇਟਿਡ ਸੀਗੇ ਉਹਨਾਂ ਨਾਲ ਬੜਾ ਧੱਕਾ ਹੋਇਆ ਸੀਗਾ ਤੇ ਸੋ ਇਹ ਦਿਨ ਸਾਡੇ ਲਈ ਬਹੁਤ ਜ਼ਿਆਦਾ ਖਾਸ ਨੇ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਤੱਕ ਇਹਨਾਂ ਦਿਨਾਂ ਬਾਰੇ ਜ਼ਰੂਰ ਦੱਸੀਏ ਤਾਂ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਆਪਣੇ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਨਾ ਜਾਏ ਜੋ ਆਪਣੇ ਬਜ਼ੁਰਗਾਂ ਨੇ ਸਾਡੇ ਲਈ ਕੀਤੀਆਂ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਲਈ ਕੀਤੀਆਂ ਸਾਡੇ ਗੁਰੂਆਂ ਨੇ ਸਾਡੇ ਲਈ ਕੀਤੀਆਂ ਸੋ ਸਾਡੀ ਇਹ ਨਿਮਾਣੀ ਦੀ ਕੋਸ਼ਿਸ਼ ਹੈ ਕਿ ਇਸ ਸੌਂਗ ਦੇ ਥਰੂ ਅਸੀਂ ਤੁਹਾਨੂੰ ਇਹ ਯਾਦ ਦਿਵਾਈਏ ਔਰ ਅਸੀਂ ਖੁਦ ਵੀ ਉਹਨਾਂ ਦਾ ਸ਼ੁਕਰਾਨਾ ਹੀ ਅਸੀਂ ਕਰ ਸਕਦੇ ਹਾਂ ਕਿ ਸਾਡੇ ਬਦਲੇ ਜਾਂ ਉਹਨਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਸਾਡਾ ਆਵਲਾ ਜੀਵਨ ਜਿਹੜਾ ਸਾਨੂੰ ਮਿਲਿਆ ਹੈ ਉਹਨਾਂ ਦੀ ਕੁਰਬਾਨੀ ਸਦਕਾ ਹੀ ਹੈ ਸੋ ਲੈਟਸ ਸਟਾਰਟ ਤੇਰਾ
ਪਾਲਿਓ ਫੁੱਲ ਨਾ ਜਾਇਓ ਪੁੱਤਰਾਂ ਦੀ ਕੁਰਬਾਨੀ ਬੱਚਿਆਂ ਵਾਲਿਓ ਫੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਹਾਂ ਬੱਚਿਆਂ ਦੀ ਕੁਰਬਾਨੀ ਕ੍ਰਿਸਮਸ ਬਾਰੇ ਪੜ੍ਹਾਉਂਦੇ ਹੋਏ ਨਾ ਹੁਣ ਵੀ ਕ੍ਰਿਸਮਸ ਆ ਰਹੀ ਲੱਗਾ ਬਸ अपना आप मिटा बैठे कहे दीवाना समझ लियो असी अपना आप मिटा बैठे माफ करूं इतिहास का देना माफ करूं इतिहास का देना साड़ी इस नदानी नू है बच्चियां वाले भूलना सब तो पहला फर्ज जिहड़ा पेरेंट्स दा पहला ते पेरेंट्स नूं आप पता होना चाहीदा कि असीं बच्चियां नूं दसना चाहुंदे आ असीं बच्चियां नूं बनाउणा की चाहुंदे जे असीं अपने बच्चियां नूं ओह असल सच्चाई विखाउणा चाहुंदे आ ओह चीज़ दसनी चाहुंदे आ जिहदे उत्ते छोटे साहबजादे जां गुरु महाराज जिहड़े चलदे रहे ने छोटे साहबजादियां दी गल आ जांदी क्योंकि ओह असल दे विच भावें उमरां दे छोटे सीगे पर ओह उस रस्ते दे उत्ते चलना जिहड़ा ओह वड्डियां लई भी बहुत ज़्यादा औखा आ पर फिर भी सानूं जिहड़ा आ ओह अपने बच्चियां नूं जिहड़ियां इह चीज़ां आ ਇਹ ਦੱਸਣੀਆਂ ਚਾਹੀਦੀਆਂ ਨੇ ਬੜਾ ਇਮੋਸ਼ਨਲ ਜਿਹਾ ਸੌਂਗ ਸੀ ਜਿਵੇਂ ਦਿਲ ਨੂੰ ਹਨਾ ਇੱਕਦਮ ਟੱਚ ਕਰਦਾ ਹੈ ਔਰ ਰਣਜੀਤ ਬਾਬਾ ਦੀ ਆਵਾਜ਼ ਨੂੰ ਮਤਲਬ ਆਵਾਜ਼ ਵਿੱਚ ਆਵਾਜ਼ ਦੇ ਨਾਲ ਹਾਂ ਉਹਦੇ ਨਾਲ ਹੋਰ ਵੀ ਜ਼ਿਆਦਾ ਉਹ ਜਿਹੜਾ ਆ ਉਹ ਚੀਜ਼ ਆ ਜਾਂਦੀ ਹੈ ਲਿਖਤ ਬਹੁਤ ਸੋਹਣੀ ਆ ਦਿਲ ਦੇ ਵੇਗ ਜਿਹੜੇ ਨੇ ਮਤਲਬ ਬਾਹਰ ਆਉਣ ਨੂੰ ਦਿੰਦੇ ਇੰਨਾ ਇਮੋਸ਼ਨਲ ਸੀਗਾ ਸੌਂਗ ਔਰ ਵੀਡੀਓਗ੍ਰਾਫੀ ਦੇ ਵਿੱਚ ਵੀ ਬਹੁਤ ਸੋਹਣਾ ਇਹਦੇ ਵਿੱਚ ਮੈਸੇਜ ਦਿੱਤੇ ਜਿਹੜੇ ਤਿੰਨ ਚਾਰ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਸੇਜ ਸੀਗਾ ਕਿ ਜਿੱਦਾਂ ਆਪਾਂ ਬੱਚਿਆਂ ਦੇ ਮਤਲਬ ਵੇਖਿਆ ਨਵਾ ਕੇ ਸਿਰਫ ਧੁੱਪ ਦੇ ਵਿੱਚ ਬਿਠਾਇਆ ਹੁੰਦਾ ਹਜੇ ਚਾਦਰ ਵੀ ਉੱਤੇ ਦਿੱਤੀ ਹੁੰਦੀ ਹੈ ਫਿਰ ਵੀ ਸਾਨੂੰ ਇਹ ਚੀਜ਼ ਹੁੰਦੀ ਹੈ ਕਿ ਹਾਂ ਕਿ ਮਤਲਬ ਕੰਬਲ ਦੇਣਾ ਭੁੱਲ ਗਈ ਮੈਂ ਹਨਾ ਤੇ ਉਹਨੂੰ ਗਰਮ ਦੁੱਧ ਦਿੰਦੀ ਆ ਕੀ ਕੁਝ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਛੋਟੇ ਸਾਹਿਬਜ਼ਾਦੇ ਆ ਠੰਡੀਆਂ ਰਾਤਾਂ ਦੇ ਬੁਰਜ ਦੇ ਵਿੱਚ ਜਿਹੜੇ ਆ ਉਹ ਬਜ਼ੁਰਗ ਔਰ ਉੱਧਰ ਦੂਸਰੇ ਪਾਸੇ ਜਿਹੜੇ ਛੋਟੇ ਬੱਚੇ ਆ ਕਿਉਂਕਿ ਇਹ ਇਹੋ ਹੀ ਉਮਰਾਂ ਹੁੰਦੀਆਂ ਨੇ ਜਦੋਂ ਹਨਾ ਵੀ ਜ਼ਿਆਦਾ ਕੇਅਰ ਦੀ ਜ਼ਰੂਰਤ ਪੈਂਦੀ ਹੈ ਇਨਸਾਨ ਨੂੰ ਅਤੇ ਉਹਨਾਂ ਉਮਰਾਂ ਦੇ ਵਿੱਚ ਉਹ ਜਿਹੜੇ ਆ ਉਹ ਠੰਡੇ ਬੁਰਜ ਦੇ ਵਿੱਚ ਜਿਹੜਾ ਆ ਉਹ ਕਿੰਨੇ ਫੁੱਟ ਉੱਚਾ ਜਿੱਥੋਂ ਕਿ ਮਤਲਬ ਮਾਸਾ ਕੁ ਵੀ ਹਵਾ ਜਿਹੜੀ ਆ ਹਵਾ ਉਹ ਬਣਾਇਆ ਹੁੰਦਾ ਸੀਗਾ ਗਰਮੀਆਂ ਲਈ ਕਿ ਮਤਲਬ ਪਰ ਸਰਦੀਆਂ ਦੇ ਵਿੱਚ ਤੁਸੀਂ ਹਿਸਾਬ ਲਓ ਕਿ ਕਿੰਨੀ ਠੰਡ ਦੇ ਵਿੱਚ ਉਹਨਾਂ ਨੂੰ ਉੱਥੇ ਬਿਠਾਇਆ ਹੋਊਗਾ ਉਹਦੇ ਨਾਲ ਜੇ ਆਪਾਂ ਕੰਪੇਅਰ ਕਰਕੇ ਵੇਖੀਏ ਉਹਨਾਂ ਨੇ ਉਹ ਚੀਜ਼ ਦਿਖਾਈ ਆ ਫਿਰ ਦੂਸਰੇ ਪਾਸੇ ਜਿਹੜਾ ਆ ਉਹ ਮੰਗਤਾ ਆਉਂਦਾ ਉਹਦੇ ਕੋਲ ਮੰਗਦਾ ਉਹਨੂੰ ਦਰਕਾਰਦੀ ਹੈ ਹਨਾ ਫਿਰ ਉਹਨੂੰ ਜਦੋਂ ਰਣਜੀਤ ਬਾਬੇ ਦੀ ਜਿਹੜੀ ਉਹ ਆਵਾਜ਼ ਪੈਂਦੀ ਆ ਕੰਨਾਂ ਦੇ ਵਿੱਚ ਕਿ ਗੁਰੂ ਮਹਾਰਾਜ ਤੇ ਆਪਣੇ ਲਈ ਸਰਬੰਸ ਵਾਰ ਗਿਆ ਫਿਰ ਉਹਨੂੰ ਸਮਝ ਆਉਂਦੀ ਕਿ ਨਹੀਂ ਸਾਨੂੰ ਵੀ ਮਤਲਬ ਉਹ ਤੇ ਸਾਡੇ ਲਈ ਇਹਨਾਂ ਕੁਝ ਵਾਰ ਗਿਆ ਤੇ ਅਸੀਂ ਮਤਲਬ ਆਪਣੇ ਦਰ ਤੇ ਆਇਆਂ ਨੂੰ ਜਿਹੜਾ ਆ ਉਹ ਵੀ ਕੋਈ ਬਹੁਤਾ ਕੁਝ ਨਹੀਂ ਮੰਗਦੇ ਹਨਾ ਰੋਟੀ ਮੰਗਦਾ ਆ ਤੇ ਜਿਵੇਂ ਉਹਨਾਂ ਨੇ ਕਿਹਾ ਆ ਕਿ ਆਪ ਉਹ ਕ੍ਰਿਸਮਸ ਸਮਝਾਉਂਦੇ ਹੀ ਆ ਸਮਝਾਉਂਦੇ ਕਿਵੇਂ ਹੁੰਦਾ ਆ ਉਹ ਵੀ ਮਨਾਉਣਾ ਚਾਹੀਦਾ ਮਜ਼ੇ ਲਈ ਉਹ ਵੀ ਬੱਚੇ ਨੂੰ ਮਨਾਉਣਾ ਚਾਹੀਦਾ ਹਰ ਰੰਗ ਜਿਹੜਾ ਜ਼ਰੂਰੀ ਆ ਅਸੀਂ ਇਹ ਨਹੀਂ ਕਹਿੰਦੇ ਜਿਨ੍ਹਾਂ ਦਾ ਤਿਉਹਾਰ ਆ ਉਹਨਾਂ ਨੂੰ ਵੀ ਉਹ ਮੁਬਾਰਕ ਆ ਔਰ ਇਹਦੇ ਵਿੱਚ ਇਹ ਨਹੀਂ ਹੈ ਕਿ ਸਾਨੂੰ ਕੋਈ ਬੰਦਿਸ਼ ਆ ਸਾਨੂੰ ਸਾਡੇ ਗੁਰੂ ਮਹਾਰਾਜ ਨੇ ਕੋਈ ਇਹੋ ਜਿਹੀ ਬੰਦਿਸ਼ ਨਹੀਂ ਦਿੱਤੀ ਕਿ ਤੁਸੀਂ ਨਹੀਂ ਮਨਾਉਣਾ ਜੇ ਦੂਸਰਿਆਂ ਦੇ ਤਿਉਹਾਰ ਤੁਹਾਡਾ ਜੀ ਕਰਦਾ ਆ ਕਿਉਂਕਿ ਅਸੀਂ ਦੁਨੀਆ ਜਿਹੜੇ ਸਮਾਜ ਦੇ ਵਿੱਚ ਰਹਿੰਦੇ ਹਾਂ ਸਮਾਜ ਦੇ ਵਿੱਚ ਸਾਨੂੰ ਸਾਰਾ ਕੁਝ ਜਿਹੜਾ ਆ ਉਹ ਸਮਾਜ ਦੇ ਨਾਲ ਰਲ ਕੇ ਜੇ ਲੋਕ ਸਾਡਾ ਤਿਉਹਾਰ ਮਨਾਉਂਦੇ ਅਸੀਂ ਖੁਸ਼ ਹੁੰਦੇ ਹਾਂ ਨਾ ਇਸੇ ਤਰੀਕੇ ਨਾਲ ਜਦੋਂ ਅਸੀਂ ਵੀ ਮਨਾਵਾਂਗੇ ਇਹਦੇ ਨਾਲ ਸਮਾਜਿਕ ਜਿਹੜੀ ਨੇੜਤਾ ਆ ਉਹ ਵੱਧਦੀ ਆ ਪਰ ਇਹਦੇ ਗਲੋਬਲਾਈਜੇਸ਼ਨ ਆ ਮਤਲਬ ਹਰ ਕੋਈ ਨਾਲ ਇੱਕ ਦੂਜੇ ਨਾਲ ਜੁੜਿਆ ਹੈ ਉਹਦੇ ਨਾਲ ਸਾਡਾ ਮਤਲਬ ਪਿਆਰ ਵੱਧਦਾ ਆ ਕੁਝ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਅਸੀਂ ਮਤਲਬ ਸਾਡੀ ਸਿੱਖੀ ਖਤਮ ਨਹੀਂ ਹੋ ਚੱਲੀ ਕੁਝ ਨਹੀਂ ਖਤਮ ਹੋ ਸਕਦਾ ਪਰ ਮੇਨ ਚੀਜ਼ ਇਹ ਹੈ ਕਿ ਅਸੀਂ ਆਪਣੇ ਨੂੰ ਭੁਲਾ ਕੇ
ਆਪਣੇ ਆਪਣੇ ਨੂੰ ਖਤਮ ਕਰਕੇ ਆਪਾਂ ਨਵਾਂ ਕੋਈ ਕੁਛ ਲੈ ਕੇ ਆਈਏ, ਉਹ ਚੀਜ਼ ਨਹੀਂ ਹੈ ਕਿ ਬੱਚਿਆਂ ਨੂੰ ਸਿਰਫ ਉਹਨਾਂ ਬਾਰੇ ਪਤਾ ਹੋਵੇ, ਇੱਧਰ ਪਤਾ ਹੀ ਨਾ ਹੋਵੇ। ਕਿਉਂਕਿ ਇੱਕ ਫਿਲਮ ਵਿੱਚ ਉਹਨਾਂ ਨੇ ਕਿਹਾ ਸੀ ਕਿ ਆ ਦਿਨ ਦੂਰ ਨਹੀਂ ਹੈ ਕਿ ਜਿਹੜੇ ਆਉਣ ਵਾਲੇ ਜਨਰੇਸ਼ਨ ਵਿੱਚ ਪੋਤਿਆਂ ਪੋਤੇ ਕਹਿਣ ਆ ਜਿਹੜੀ ਬਾਬਾ ਜੀ ਦੀ ਫੋਟੋ ਲੱਗੀ ਆ ਕੌਣ ਆ, ਕੌਣ ਆ। ਹਾਂ ਬਿਲਕੁਲ ਸਹੀ, ਗੁਰੂ ਮਹਾਰਾਜ ਦੀਆਂ ਫੋਟੋਆਂ ਵੱਲ ਵੇਖ ਕੇ ਉਹ ਇਹ ਪੁੱਛਣ ਕਿ ਇਹ ਕੌਣ ਸੀਗੇ। ਜਦ ਕਿ ਸਾਡਾ ਸਾਡਾ ਆਉਣ ਦੀ ਜ਼ਿੰਮੇਵਾਰੀ ਪੇਰੈਂਟਸ ਦੇ ਉੱਪਰ ਆ, ਸਾਡੇ ਉੱਪਰ ਆ, ਹਨਾ। ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਕਿ ਜੜ ਦੇ ਨਾਲ ਹਮੇਸ਼ਾ ਜੋੜ ਕੇ ਰੱਖਣਾ, ਚਾਹੇ ਅਸੀਂ ਕਿਸੇ ਵੀ ਦੇਸ਼ 'ਚ ਰਹਿੰਦੇ ਹੋਈਏ, ਕਿਸੇ ਵੀ ਮਾਧਿਅਮ ਦੇ ਨਾਲ, ਜਿਹੜਾ ਜਿੱਦਾਂ ਹੁਣ ਸਾਡੇ ਕੋਲ ਆ ਪਲੇਟਫਾਰਮ ਆ, ਹਨਾ, ਅਸੀਂ ਇਸ ਪਲੇਟਫਾਰਮ ਦੇ ਥਰੂ ਜਿਹੜੇ ਆ ਕਿਸੇ ਨਾ ਕਿਸੇ ਤਰੀਕੇ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ, ਹਨਾ। ਕੁਛ ਲੋਕਾਂ ਤੱਕ ਪਹੁੰਚੂਗਾ, ਉਹਦੇ ਵਿੱਚ ਹੋ ਸਕਦਾ ਇੱਕ ਦੋ ਦੇ ਮਤਲਬ ਮਨ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਉਹ ਹੋਣ, ਇੱਦਾਂ ਹੀ ਇੱਕ ਦੋ ਕਰਕੇ ਤੁਸੀਂ ਅੱਗੇ ਜਦੋਂ ਕਰੋਗੇ ਤੇ ਸਾਰੇ ਜਿਹੜੇ ਆ ਉਹ ਲੋਕ ਇਸ ਚੀਜ਼ ਨੂੰ ਸਮਝ ਜਾਣਗੇ, ਔਰ ਆਪਣੇ ਵਿਰਸੇ ਨੂੰ ਜਿਹੜਾ ਆ ਉਹ ਅੱਗੇ ਤੋਂ ਅੱਗੇ ਲੈ ਕੇ ਜਾਣ ਦੇ ਵਿੱਚ ਅਸੀਂ ਮਦਦ ਕਰ ਸਕਦੇ ਹਾਂ। ਜਿੰਨਾ ਬੱਚੇ ਨਾ, ਮੈਂ ਇੱਕ ਨੋਟ ਕੀਤੀ ਆ, ਮੇਰੀ ਭਤੀਜੀ ਆਉਂਦੀ ਹੈ ਫੋਰਨ ਤੋਂ, ਜਦੋਂ ਉਹਨੇ ਮੇਰੀ ਕੋਈ ਗੱਲ ਦੱਸੇਗੀ ਨਾ, ਬੜੀ ਉਹ ਖੁਸ਼ ਹੈ, ਪੂਈ ਮੈਨੂੰ ਹੋਰ ਦੱਸੋ। ਬੱਚੇ ਬਹੁਤ ਇੰਟਰਸਟ ਨਾਲ ਸੁਣਦੇ ਆ ਜਿਹੜੀਆਂ, ਕਿਉਂਕਿ ਬੱਚੇ ਨਹੀਂ ਸੁਣਦੇ, ਬੱਚਿਆਂ ਚ ਬੱਚਿਆਂ ਨੂੰ ਬਹੁਤ ਇੰਟਰਸਟ ਹੁੰਦਾ ਕਿ ਸਾਨੂੰ ਮੈਨੂੰ ਵੀ ਬੜਾ ਸੱਚੀ ਮੱਚੀ ਇਵੇਂ ਹੋਇਆ ਸੀਗਾ, ਪੂਈ ਬੜਾ ਸੋਹਣਾ ਪੁੱਛਦੀ ਆ। ਸੋ ਲੋੜ ਆ ਕਿ ਬੱਚਿਆਂ ਨੂੰ ਥੋੜਾ ਜਿਹਾ ਆਪਣੇ ਧਰਮ ਦੇ ਬਾਰੇ, ਆਪਣੇ ਜੋ ਪਿਛੋਕੜ ਦੇ ਬਾਰੇ ਜ਼ਰੂਰ ਦੱਸੀਏ। ਆ ਨਹੀਂ ਆ ਕਿ ਬਾਕੀ ਤਿਉਹਾਰ ਨਾ ਮਨਾ, ਉਵੇਂ ਮਨਾ ਜੇ ਸਾਨੂੰ ਮਜ਼ਾ ਆਉਂਦਾ, ਅਸੀਂ ਵੀ ਕ੍ਰਿਸਮਸ ਮਨਾਉਣ ਲੱਗਿਆ। ਪਰ ਆਇਆ ਕਿ ਆਪਾਂ ਜਿਹੜੇ ਬਾਬਾ ਜੀ ਦੇ ਹੁੰਦੇ ਆ, ਹਨਾ, ਦੁੱਖ ਵਾਲੇ ਦਿਨ ਉਹਦੇ ਵੀ ਮਨਾਉਂਦੇ ਆ, ਖੁਸ਼ੀ ਵਾਲੇ ਦਿਨ ਉਹਦੇ ਵੀ ਮਨਾਉਂਦੇ ਆ, ਹਨਾ। ਆ ਨਹੀਂ ਭੁੱਲਣਾ ਚਾਹੀਦਾ ਸਾਨੂੰ ਕਿ ਸਾਡੇ ਵੀ ਬਾਬਾ ਜੀ। ਅਸੀਂ ਬੇਟਾ ਸਮਾਜ ਦੇ ਵਿੱਚ ਰਹਿਣਾ ਹੁੰਦਾ, ਸਾਨੂੰ ਸਭ ਕੁਛ ਜਿਹੜਾ ਆ ਉਹ ਨਾਲ ਲੈ ਕੇ ਚੱਲਣਾ ਪੈਣਾ ਆ, ਔਰ ਸਾਇਮਲਟੇਨੀਅਸਲੀ ਜਿਹੜਾ ਆ ਉਹ ਚੀਜ਼ਾਂ ਨੂੰ ਸਾਨੂੰ ਜਿਹੜਾ ਆ ਉਹ ਮੈਨੇਜ ਕਰਨਾ ਪੈਣਾ ਆ, ਕਿਉਂਕਿ ਹੁਣ ਪਹਿਲੀਆਂ ਵਾਲੀਆਂ ਚੀਜ਼ਾਂ ਨਹੀਂ ਰਹਿ ਗਈਆਂ। ਹੁਣ ਜਿਹੜੇ ਬੱਚੇ ਬਾਹਰ ਗਏ ਆ ਉਹਨਾਂ ਨੂੰ ਉੱਥੇ ਕ੍ਰਿਸਮਿਸ ਵੀ ਮਨਾਉਣੀ ਪੈਂਦੀ ਹੈ, ਹੈ ਨਾ, ਉਹਨਾਂ ਨੂੰ ਉੱਥੇ ਨਿਊ ਈਅਰ ਵੀ ਸੈਲੀਬ੍ਰੇਟ ਕਰਨਾ ਪਊਗਾ। ਪਰ ਇਹਦਾ ਇਹ ਨਾ ਮਤਲਬ ਹੋਵੇ ਕਿ ਤੁਸੀਂ ਮਤਲਬ ਕ੍ਰਿਸਮਿਸ ਦਾ ਤਾਮ ਝਾਮ ਇੰਨਾ ਕਰ ਦਿਓ ਕਿ ਉਹ ਆਪਣੇ ਜਿਹੜੇ ਜਿਹੜੀਆਂ ਜੜ੍ਹਾਂ ਜਿਹਨਾਂ ਦੇ ਨਾਲ ਤੁਹਾਨੂੰ ਜੁੜ ਕੇ ਰਹਿਣਾ ਚਾਹੀਦਾ ਸੀਗਾ, ਉਹ ਜਿਹੜਾ ਉਹ ਬੱਚੇ ਜਿਹੜੇ ਆ ਉਹ ਮਨਾਂ ਦੇ ਵਿੱਚ ਉਸਾਰ ਦੇਣ। ਤੇ ਇਹੋ ਜਿਹੜਾ ਇਸ ਸੌਂਗ ਦਾ ਜਿਹੜਾ ਮੈਸੇਜ ਸੀਗਾ, ਨਾ ਰੱਖੋ ਬੱਚਿਆਂ ਦੇ, ਕਿ ਬੱਚਿਆਂ ਨੂੰ ਉਸ ਚੀਜ਼ ਤੋਂ ਨਫ਼ਰਤ ਹੋ ਜਾਏ, ਨਫ਼ਰਤ ਹੋ ਜਾਏ, ਉਹ ਕੱਟੜਤਾ ਤੇ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈਗਾ, ਸਾਰਤਾ ਹੀ ਹਰ ਚੀਜ਼ ਚ ਵਧਿਆ ਹੁੰਦੀ ਹੈ। ਐਂਡ ਦੈਟ ਇਜ਼ ਫੋਰ ਟੁਡੇ ਗਾਇਸ, ਅਗਰ ਤੁਹਾਨੂੰ ਆ ਵੀਡੀਓ ਚੰਗੀ ਲੱਗੀ ਤੇ ਆ ਸੌਂਗ ਚੰਗਾ ਲੱਗਾ ਤੇ ਪਲੀਜ਼ ਲਾਈਕ ਕਰ ਦੇਣਾ, ਬਾਬਾ ਜੀ ਦੀ ਲਾਈਕ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ, ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ। ਤੱਕ ਤਾਂ ਸਤਿ ਸ਼੍ਰੀ ਅਕਾਲ।